ਭਾਜੀ ਲਏ ਆ ਤੇ ਪੈਸੇ ਲਿਖ ਲਿਓ ਖਾਤੇ ਜੀ। ਭਾਜੀ ਇੱਕ ਮੈਂਗੋ ਡਰਿੰਕ ਲਿਆ ਤੇ ਇੱਕ ਕੋਲਡ ਡਰਿੰਕ ਲਈ, ਆ ਪੈਸੇ ਕੱਟ ਲਓ। ਸਰ ਇਹ ਤਾਂ ਨਮਕੀਨ ਹੋ ਗਿਆ, ਇਹ 10 ਕਿਲੋ ਆਟਾ। ਭਾਜੀ ਆਟਾ ਇੱਧਰ ਪਿਆ ਹੋਇਆ, ਆਪਣਾ 5 ਕਿਲੋ ਖੰਡ। ਭਾਜੀ ਖੰਡ ਦੇ ਪੈਕਟ ਇੱਧਰ ਪਏ, ਇੱਥੋਂ ਲੈ ਲਓ। ਇੱਕ ਛੋਟਾ ਪੈਕਟ ਨਮਕੀਨ। ਭਾਜੀ ਸਾਰੇ ਨਮਕੀਨ ਪਏ, ਜਿਹੜਾ ਮਰਜ਼ੀ ਲਓ ਤੁਸੀਂ। ਭਾਜੀ ਕਮਾਲ ਕਰਦੇ, ਤੁਹਾਡੀ ਦੁਕਾਨ ਆ, ਸਾਰਾ ਸਮਾਨ ਮੈਂ ਚੁੱਕਾਂ। ਇਹ ਨਮਕੀਨ ਸਾਹਮਣੇ ਪਿਆ ਤੇ ਫੜਾ ਦਿਓ, ਨਾਲ ਚੱਕਰ ਕੀ ਹੈਗਾ। ਭਾਜੀ ਕੀ ਕਰਾਂ, ਮਜਬੂਰੀ ਹੈ ਸੱਚੀ ਦੱਸਾਂ। ਮੈਂ ਮਤਲਬ ਕਿ ਮੋਟਾਪੇ ਕਰਕੇ ਮੇਰੇ ਕੋਲ ਉੱਠਿਆ ਨਹੀਂ ਜਾਂਦਾ, ਮੁੰਡਾ ਛੁੱਟੀ ਲੈ ਜਾਂਦਾ। ਮੈਨੂੰ ਤਾਂ ਕਈ ਬਿਮਾਰੀਆਂ ਲੱਗ ਗਈਆਂ, ਸ਼ੂਗਰ, ਬਲੱਡ ਪ੍ਰੈਸ਼ਰ, ਸਾਰੀਆਂ ਬਿਮਾਰੀਆਂ ਲੱਗ ਗਈਆਂ। ਮੈਨੂੰ ਤਾਂ ਡਰ ਲੱਗਦਾ ਕੰਮ ਹੀ ਨਾ ਘੱਟ ਜਾਏ ਕਿਤੇ। ਭਾਜੀ ਜੇ ਤੁਸੀਂ ਇੱਦਾਂ ਹੀ ਕਰੋਗੇ ਨਾ, ਤੁਹਾਡਾ ਕੰਮ ਹੌਲੀ 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 ਘੱਟਦਾ ਜਾਏਗਾ। ਤੁਸੀਂ ਇੱਦਾਂ ਕਰੋ, ਹੁਣੇ ਉੱਠੋ, ਸਟਾਰ ਹੋਸਪਿਟਲ ਜਾਓ, ਉੱਥੇ ਬਰੈਕਟਰੀ ਸਰਜਰੀ ਕਰਾਓ, ਅਤੇ ਮੇਰੇ ਵਾਂ ਪਤਲੇ ਹੋ ਜਾਓ। ਮੈਂ ਵੀ ਕਰਾਈ, ਦੇਖੋ ਦੇਖੋ ਕੰਮ ਕਿੱਦਾਂ ਦੌੜਦਾ। ਆਪਰੇਸ਼ਨ ਤੋਂ ਮੈਨੂੰ ਡਰ ਲੱਗਦਾ ਨਾ। ਨਾਲ ਡਰਨ ਵਾਲੀ ਕਿਹੜੀ ਗੱਲ ਭਾਜੀ, ਉਹ ਜ਼ਰੂਰੀ ਨਹੀਂ ਕਿ ਸਰਜਰੀ ਕਰਦੇ ਨੇ, ਉਹ ਦਵਾਈਆਂ ਨਾਲ ਵੀ ਠੀਕ ਕਰਦੇ ਨੇ, ਅਤੇ ਡਾਇਟ ਕੰਟਰੋਲ ਕਰਕੇ ਵੀ ਬੰਦੇ ਨੂੰ ਪਤਲਾ ਕਰ ਦਿੰਦੇ। ਡਾਕਟਰ ਕੌਣ ਨੇ ਉੱਥੇ? ਡਾਕਟਰ ਜਸਮੀਤ ਸਿੰਘ ਆਹਲੂਵਾਲੀਆ, ਮੈਡੀਕਲਿਆਂ ਦੇ ਸੁਪਰ ਸਪੈਸ਼ਲਿਸਟ। ਉਹਨਾਂ ਨੂੰ ਮੈਡੀਕਲ ਲਾਈਨ 'ਚ ਮਾਸਟਰ ਸਰਜਨ ਕਿਹਾ ਜਾਂਦਾ। ਭਾਜੀ ਕੀ ਨਾਮ ਦੱਸਿਆ ਹੋਸਪਿਟਲ ਦਾ? ਸਟਾਰ ਹੋਸਪਿਟਲ, ਸ਼੍ਰੀ ਗੁਰੂ ਨਾਨਕ ਚੌਂਕ, ਜਲੰਧਰ। ਇੱਕ ਕੰਮ ਕਰੋ ਭਾਜੀ, ਇਹ ਤੁਸੀਂ ਫੜੋ, ਮੈਂ ਜਿਹੜਾ ਸਟਾਰ ਹੋਸਪਿਟਲ ਦਿਖਾ ਕੇ ਆ, ਤੁਸੀਂ ਗਾਹਕ ਦਾ ਧਿਆਨ ਰੱਖਿਓ ਭਰਾ। ਮੈਂ ਤਾਂ ਸਟਾਰ ਹੋਸਪਿਟਲ ਵੱਲ ਦੱਸ ਕੇ ਹੀ ਪਛਤਾਇਆ।